वाहिगुरु जी का खालसा, वाहिगुरु जी की फतेह। आप जी नूं बेनती की जाती है कि डॉक्टर परशोत्तम सिंह जी जो कि यूएसए विच रहिंदे हन, उन्हां नाल दास ने एक इंटरव्यू की सी जो कि 2015 दी, तो अज असी उस ही इंटरव्यू नूं दोबारा आप जी दे रूबरू रिप्रोड्यूस कर रहे हैं। आस करते हैं कि पहला भी तुसीं इस तो काफ़ी फायदा उठाया सी जो कि फटकड़ी वाली बर्फी बनाई है, किवें बनाई जाती है, की फायदे हैं। सो अज आपां विस्तार नाल इस वीडियो ते चलना पावांगे, ते आस करदे हां तुसीं इस चैनल नूं सबसक्राइब करोगे, लाइक करोगे ते शेयर करोगे। वाहिगुरू जी का खालसा, वाहिगुरू जी की फतेह। दास गुरजीत सिंह नूं अज डॉक्टर परशोत्तम सिंह जी उन्हां दे नाल मिलण दा मौका मिलिया, ते उन्होंने एक बहुत ही वधिया दवाई जिहड़ी देसी है वह दास नूं दसी, जिस दे नाल कि अपने जो दर्द हन शरीर दे विच ओह ठीक हो जांदे हन। ते जेकर होर भी भैण ने इस दवाई नूं बनाउणा होवे, इह जिवें डॉक्टर साहब दसणगे, सो इस दवाई नूं बना के तुसीं अपने घर दे विच जिहड़े देसी नुस्खे आ उस वांगू यूज कर सकदे हो, ते जिहदे नाल तुहाडा भला होएगा। आपां वी अरदास बेनती करदे हां महाराज इन्हां नूं वी चढ़दी कला बख्शन कि कौम की सेवा कर रहे हैं। सो दास गुरजीत सिंह झांपर हुण इंटरव्यू लैंदे हन डॉक्टर साहब, डॉक्टर परशोत्तम सिंह जी। डॉक्टर साहब कृपा करके सानू दसो जी भी तुहाडा जिहड़ी इह दर्दां वगैरह जिहड़े बंदे दे होंदियां हन ते उहनां नूं किवें ठीक कीता जांदा, किहड़ी किहड़ी चीज़ां दी लोड़ हुंदी है, किवें फटकड़ी वाली दवाई बनाई जांदी है जी। सब तो पहलों तो जी आप जी ने फटकड़ी वाली दवाई नूं बनाउणा है, उहदे लई तुसीं 100 ग्राम चिट्टी फटकड़ी लैनी है, जिहदे विच 1 किलो तुसीं गऊ दा घिओ लैणा, 1.5 किलो तुसीं छोलियां दा आटा लैणा, ते 1/2 किलो शक्कर लैणी। जिहनूं करना आपां इह आ ਵੀ ਛੋਟੀ ਪਤੀਲੀ ਜਿਹਦਾ ਛੋਟਾ ਮੂੰਹ ਹੋਵੇ ਉਹਦੇ ਵਿੱਚ ਆਪ ਜੀ ਪਹਿਲੋਂ 1/2 ਕਿਲੋ ਘਿਓ ਦੇ ਵਿੱਚ ਪਾ ਲਓ, ਉੱਤੇ ਫਾਇਲ ਪੇਪਰ ਨਾਲ ਉਸ ਪਤੀਲੀ ਦਾ ਮੂੰਹ ਕਵਰ ਕਰ ਲਓ, ਫਿਰ ਆਪ ਜੀ ਉਸ ਨੂੰ ਵਿੱਚ ਇੱਕ ਹੋਲ ਕੱਢ ਕੇ ਚਾਹ ਪੁੰਨ ਵਾਲੀ ਜਾਂ ਪੌਣੀ ਜਾਂ ਛਾਨਣੀ ਜੋ ਵੀ ਕਹਿੰਦੇ ਹੋ ਉਹਦੇ ਵਿੱਚ ਛਾਨਣੀ ਰੱਖੋ, ਫਿਰ 100 ਗ੍ਰਾਮ ਫਰਕੜੀ ਜਿਹੜੀ ਚਿੱਟੀ ਲਈ ਹੈ ਉਹਨੂੰ ਪਾ ਕੇ ਤੁਸੀਂ ਫਿਰ ਉੱਤੋਂ ਫਾਇਲ ਪੇਪਰ ਨਾਲ ਕਵਰ ਕਰ ਦਿਓ, ਥੱਲੇ ਸਲੋਅ ਅੱਗ ਬਾਲੋ ਕਿਉਂਕਿ ਸਲੋਅ ਅੱਗ ਦੇ ਵਿੱਚ ਉਹ ਡਰੋਪ ਕਰਕੇ ਮੈਲਟ ਹੋ ਕੇ ਵਿੱਚ ਘਿਓ ਦੇ ਚਲੀ ਜਾਏਗੀ। ਫਿਰ ਇੱਕ ਉਹਨੂੰ ਸਾਈਡ 'ਤੇ ਰੱਖੋ, ਜਿਹੜਾ 1/2 ਕਿਲੋ ਤੁਹਾਡਾ ਘਿਓ ਬਾਕੀ ਰਹਿ ਗਿਆ ਹੈ ਉਹ ਕਿਸੇ ਕੜਾਹੀ 'ਚ ਪਾ ਕੇ, ਅਤੇ ਜਿਹੜਾ 1.5 ਕਿਲੋ ਵੇਸਣ ਆ ਆਟਾ ਲਿਆ ਹੈ ਛੋਲਿਆਂ ਦਾ ਉਹਨੂੰ ਤੁਸੀਂ ਭੁੰਨ ਲਓ ਪ੍ਰੋਪਰ। ਜਦੋਂ ਉਹ ਭੁੱਜ ਗਿਆ ਆਟੇ 'ਚੋਂ ਖੁਸ਼ਬੂ ਆਈ ਤਾਂ ਫਿਰ 1/2 ਕਿਲੋ ਸ਼ੱਕਰ ਪਾਓ, ਅਤੇ ਜਿਹੜਾ ਘਿਓ ਹੈ ਉਹਨੂੰ ਤੁਸੀਂ 2 ਤਰੀਕਿਆਂ ਨਾਲ ਪਾ ਸਕਦੇ ਹੋ। ਜੇ ਤੁਸੀਂ 100 ਗ੍ਰਾਮ ਜਿਹੜਾ ਉਹ ਫਰਕੜੀ ਵਿੱਚ ਮੈਲਟ ਹੋਈ ਹੋਈ ਹੈ, ਫਰਕੜੀ ਨੂੰ ਪਹਿਲਾਂ ਭੁੰਨ ਲਓ, ਇਕੱਲੇ ਘਿਓ ਨੂੰ ਪਾ ਲਓ, ਜਿਵੇਂ ਬੱਚਿਆਂ ਨੇ ਖਾਣਾ ਹੈ ਹੋਰ ਨੇ ਖਾਣਾ ਹੈ, ਉਹ ਇਕੱਲੀ ਤੁਹਾਡੇ ਹਾਲਟ ਨੂੰ ਸਾਫ਼ ਕਰਦੀ ਹੈ, ਤੁਹਾਡੇ ਬ੍ਰੇਨ ਹੈਮਰੇਜ ਤੋਂ ਬਚਾਉਂਦੀ ਹੈ, ਤੁਹਾਡੇ ਕਿਤੇ ਲੱਤਾਂ ਸੌਂਦੀਆਂ ਨੇ ਬਾਹਾਂ ਸੌਂਦੀਆਂ ਨੇ ਉਹਨੂੰ ਬਚਾਉਂਦੀ। ਫਰਜ ਕਰੋ ਜੇ ਰੱਬ ਨਾ ਕਰੇ ਤੁਹਾਡੇ ਜੁਆਇੰਟਾਂ ਦੇ ਵਿੱਚ ਜ਼ਿਆਦਾ ਪੇਨ ਹੁੰਦੀ ਹੈ, ਅਤੇ ਉਹ ਜਿਹੜੀ ਫਰਕੜੀ ਹੈ ਜੇ ਤੁਸੀਂ ਖਾਰਾ ਥੋੜ੍ਹਾ ਜਿਹਾ ਖਾ ਸਕਦੇ ਹੋ, ਕਿਉਂਕਿ ਜੇ ਤੁਸੀਂ ਵਿੱਚ ਪਾਓਗੇ ਉਹਦਾ ਟੇਸਟ ਥੋੜ੍ਹਾ ਜਿਹਾ ਕੌੜਾ ਹੋ ਜਾਏਗਾ, ਤਾਂ ਉਹਨੂੰ ਤੁਸੀਂ ਵਿੱਚ ਪਾ ਕੇ ਵੀ ਖਾ ਸਕਦੇ ਹੋ। ਅਦਰਵਾਈਜ਼ ਫਰਕੜੀ ਜਿਹੜੀ ਭੁਣ ਕੇ ਵਿੱਚ ਤੁਸੀਂ ਘਿਓ ਪਾ ਲਿਆ, ਫਰਕੜੀ ਇਕੱਲੀ ਨੂੰ ਵੀ ਬਰੀਕ ਕਰਕੇ, ਅਤੇ ਤੁਸੀਂ 1 ਛੋਲਿਆਂ ਦੇ ਦਾਣੇ ਜਿੱਤੀ ਚਿੱਟੇ ਛੋਲਿਆਂ ਦੇ ਦਾਣੇ ਜਿੰਨੀ ਉਹਦੇ ਵਿੱਚ ਸ਼ਹਿਦ 'ਚ ਰਲਾ ਕੇ ਮਲਾਈ 'ਚ ਪਾ ਕੇ ਮੱਖਣ 'ਚ ਪਾ ਕੇ ਵੀ ਖਾ ਸਕਦੇ ਹੋ, ਜਿਹਦੇ ਨਾਲ ਤੁਹਾਡੇ ਪ੍ਰੋਪਰ ਜਿਹੜੀਆਂ ਨੇ ਕਿਤੇ ਵੀ ਜੋੜਾਂ 'ਚ ਪੀੜਾਂ ਜਾਂ ਪੁਰਾਣੀ ਸੱਟ ਲੱਗੀ ਹੈ ਤੁਹਾਡੀ ਉਹ ਠੀਕ ਹੋ ਜਾਏ। ਸੋ ਇੰਨੀਆਂ ਬੇਨਤੀਆਂ ਸੰਗਤ ਪ੍ਰਵਾਨ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਡਾਕਟਰ ਪਰਸ਼ੋਤਮ ਸਿੰਘ ਜੀ ਜਿਹੜੇ ਕਿ ਦੇਸੀ ਇਲਾਜ ਤੁਹਾਨੂੰ ਦੱਸਿਆ ਹੈ, ਸੋ ਕਿਰਪਾ ਕਰਕੇ ਨੋਟ ਕਰ ਲੈਣਾ, ਅਤੇ ਇਹਦੇ ਜੋ ਅਸੀਂ ਵੀਡੀਓ ਬਣਾਈ ਹੈ ਇਹਦੇ ਕੋਈ ਸਾਨੂੰ ਬੈਨੀਫਿਟ ਨਹੀਂ ਹੈਗਾ, ਨਾ ਅਸੀਂ ਕੋਈ ਪੈਸਾ ਬਣਾਉਣ ਵਾਸਤੇ ਬਣਾਈ ਹੈ, ਇਹ ਸਿਰਫ਼ ਭਲੇ ਖਾਤਰ ਹੈ, ਅਤੇ ਇਹਦੇ 'ਚ ਅਸੀਂ ਕਲੇਮ ਵੀ ਨਹੀਂ ਕਰਦੇ ਹਾਂ ਕਿ ਵੀ ਅਸੀਂ ਬਿਲਕੁਲ ਠੀਕ ਹੋ ਜਾਵਾਂਗੇ। ਬਾਕੀ ਜਿਹੜੀ ਡਾਕਟਰੀ ਰਾਏ ਤੁਸੀਂ ਜ਼ਰੂਰ ਲੈਣੀ ਹੈਗੀ ਹੈ। ਸੋ ਜਿਹੜੇ ਵੀਰ ਭੈਣ ਨਹੀਂ ਕੋਈ ਖਰਚ ਕਰ ਸਕਦੇ, ਜ਼ਿਆਦਾ ਡਾਕਟਰ ਦਾ ਇਲਾਜ ਨਹੀਂ ਕਰਾ ਸਕਦੇ, ਸੋ ਇਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ, ਸੋ ਜ਼ਰੂਰ ਇਹਦਾ ਫਾਇਦਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।